लुधियाने दे विच पैंदा गिल हलका, तां इत्थों दा जुत्ती बाजार बड़ा मशहूर है ते गिल्ला सब तो वड्डा पिंड हैगा, 5000 आबादी हैगी है ते जुत्ती बाजार बड़ा फेमस हैगा जुत्तियां। ते सरपंची दे विच कहा जांदा हैगा कि जोर दे सिर ते सरपंची हुंदी है, हालांकि प्यार मुहब्बत दे नाल भी हुण बहुत सारी पंजाब दे विच मसाला आई जांदी है कि सरबसंमति दे नाल पंचायतां चुनिया जा रही हैं, पर इत्थे दा माहौल कुछ होर है। इत्थे फसवां मुकाबला हो रहा हैगा, सरपंची चोणां चल रही हैगी ते असीं जा रहे हैगे पिंडां दे विच ते लोकां तों पुछ रहे हैं कि की है तुहाडे पिंड दा हाल, कुछ होया अज तिकर जां हजे भी बुरा हाल। गलबात शुरू कर लेंगे, जुत्ती बाजार है गल पिंड दा हैगा, क्योंकि हालांकि ये पूरा हलका बन चुका हैगा। भाई साहब गिल तो तुसी किन्ना समा हो गया रहिंदे नूं? जन्म इत्थे जी 70 साल हो गए रहिंदे नूं। 70 साल सरपंच चुण रहे हो, 70 साल तो तुसी चुणदे आ रहे हैं जी। की कुछ होया हुण तक, सरपंच ने की कुछ कीता पिछले 70 साल च, जदों तुसी आपां की सूह संभाली है? बहुत विकास होया पिंड दा जी, किहड़े पिंड दा बहुत विकास होया होया वा। ਜਸ ਕਿਸ ਚੀਜ਼ ਨੂੰ ਮੰਨਦੇ ਹੋ? ਉਹਨਾਂ ਟਾਈਮ ਦੇ ਹਿਸਾਬ ਨਾਲ ਜਿੰਨੀ ਯੋਗਤਾ ਤੇ ਸੀਗੀ ਬੰਦੇ ਦੀ, ਉਸ ਹਿਸਾਬ ਉਹਨਾਂ ਨੇ ਸੇਵਾ ਕੀਤੀ ਹੈ ਪਿੰਡ ਦੀ ਜਿੰਨੇ ਕੁ ਯੋਗ ਸੀਗੇ। ਤੁਹਾਨੂੰ ਸਿਆਸਤ ਦੇ ਵਿੱਚ 25 ਸਾਲ ਹੋ ਗਏ ਲਗਭਗ, ਹੈ ਨਾ? ਤਾਂ ਆਪਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ 50 ਸਾਲ ਉਮਰ ਹੋ ਗਈ, 25 ਸਾਲ ਤੁਹਾਨੂੰ ਸਿਆਸਤ ਦੇ ਵਿੱਚ ਹੋ ਗਏ, ਸੰਮਤੀ ਦੇ ਮੈਂਬਰ ਵੀ ਰਹੇ ਤੁਸੀਂ ਤੇ ਹੁਣ ਸਰਪੰਚੀ ਦੀ ਚੋਣ ਵੀ ਲੜ ਰਹੇ ਹੋ। ਹਾਂਜੀ ਹਾਂਜੀ ਬਿਲਕੁਲ, ਮੈਂ ਕਾਫੀ ਚਿਰ ਤੋਂ ਰਾਜਨੀਤੀ ਦੇ ਵਿੱਚ ਸਰਗਰਮ ਹਾਂ। ਮੈਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ। ਚਲੋ ਸਰਪੰਚ ਦੀਆਂ ਚੋਣਾਂ ਵਿੱਚ ਕੋਈ ਪਾਰਟੀਆਂ ਦੀ ਐਡੀ ਗੱਲ ਨਹੀਂ ਹੁੰਦੀ, ਪਿੰਡ ਦੇ ਲੋਕਾਂ ਦੀ ਚੋਣ ਆ। ਐਤਕੀ ਮੈਂ ਸਰਪੰਚ ਦੀ ਇਲੈਕਸ਼ਨ ਲੜ ਰਿਹਾ ਜਿਲ੍ਹਾ ਪਿੰਡ ਤੋਂ, ਲੋਕਾਂ ਦੇ ਸਹਿਯੋਗ। ਕੀ ਕੁਝ ਕਰਨ ਜਾ ਰਹੇ ਹੋ ਤੁਸੀਂ ਸਰਪੰਚ ਦੀ ਚੋਣ ਤਾਂ ਲੜੋ, ਕੀ ਕੁਝ ਕਰੋਗੇ, ਕੀ ਕੁਝ ਵਾਅਦੇ ਕਰ ਰਹੇ ਹੋਗੇ ਹੋ, ਕੀ ਕਹਿ ਕੇ ਲੋਕਾਂ ਤੋਂ ਵੋਟਾਂ ਮੰਗ ਰਹੇ ਹੋ? ਵਾਅਦੇ ਸਾਰੇ ਹੀ ਕਰਦੇ ਨੇ, ਮੈਂ ਤਾਂ ਜ਼ਮੀਨ 'ਤੇ ਕੰਮ ਕਰਨ ਵਾਲਾ ਬੰਦਾ, ਮੈਨੂੰ ਸਾਰੇ ਪਿੰਡ ਦੀ ਜ਼ਮੀਨੀ ਹਕੀਕਤ ਪਤਾ ਵੀ ਸਾਡੇ ਪਿੰਡ ਹੋਣ ਕੀ ਵਾਲਾ। ਸਾਡੇ ਪਿੰਡ ਪਿਛਲੀਆਂ ਆਪਣੇ ਹੈਗੀਆਂ ਪੰਚਾਇਤਾਂ ਨੇ ਸੀਵਰੇਜ ਪਾਤਾ, ਉਹਨਾਂ ਆਪਣਾ ਫਰਜ਼ ਨਿਭਾਤਾ, ਪਰ ਸਾਰਾ ਸੀਵਰੇਜ ਬਲੋਕ ਪਿਆ, ਜਿਹਨੂੰ ਕਿ ਬਹੁਤ ਸਫਾਈ ਦੀ ਲੋੜ ਆ। ਮੀਂਹ ਪੈਂਦਾ ਅਤੇ ਪਾਣੀ ਨਹੀਂ ਖਿੱਚਦਾ, ਲੋਕਾਂ ਦੇ ਘਰਾਂ ਦੇ ਵਿੱਚ ਆ ਜਾਂਦਾ। ਸਟਰੀਟ ਲਾਈਟ ਲੱਗੀਆਂ ਸੀ, ਉਹਨਾਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ, ਉਹ ਚੱਲਦੀਆਂ ਨਹੀਂ ਗੀਆਂ, ਉਹ ਪੋਲ ਖੜ੍ਹੇ ਨੇ ਇਕੱਲੇ। ਸਾਨੂੰ ਹੈਲਥ ਸੈਂਟਰ ਚੱਲਦਾ ਸੀ ਸਾਡੇ ਪਿੰਡ ਦੇ ਵਿੱਚ, ਝਾੜੂ ਵਾਲੀ ਸਰਕਾਰ ਨੇ ਆਉਂਦੇ ਸਾਰ ਹੀ ਹੈਲਥ ਸੈਂਟਰ ਬੰਦ ਕਰਤਾ। ਸੁਵਿਧਾ ਸੈਂਟਰ ਚੱਲਦਾ ਸੀ, ਉਹ ਸਾਡੇ ਪਿੰਡ ਬੰਦ ਕਰਤਾ। ਫਿਰ ਸਾਡਾ ਪਿੰਡ ਸ਼ਹਿਰ ਦੇ ਨਾਲ ਲਾਗੇ ਦਾ ਪਿੰਡ ਆ, ਬਾਹਰੋਂ ਬਹੁਤ ਲੋਕ ਕਿਰਾਏਦਾਰ ਰਹਿੰਦੇ ਨੇ ਸਾਡੇ ਕੋਲ, ਉਹਨਾਂ ਦੇ ਆਈਡੈਂਟੀਜ਼ ਹੈ ਨਹੀਂ ਗੀਆਂ ਕੌਣ ਰਹਿੰਦਾ। ਬਹੁਤ ਨਿੱਕੇ ਨਿੱਕੇ ਕੰਮ ਕਰਨ ਵਾਲੇ ਨੇ ਜਿਹੜੇ ਕਿਸੇ ਦੀ ਗਿਣਤੀ 'ਚ ਹੀ ਨਹੀਂ ਆਉਂਦੇ। ਜੇ ਆਪਾਂ ਗੱਲ ਕਰੀਏ ਸੜਕਾਂ ਨਾਲੀਆਂ ਗਲੀਆਂ, ਇਹ ਤਾਂ 50-60 ਸਾਲ ਤੋਂ ਬਣਦੀਆਂ ਆਉਂਦੀਆਂ ਨੇ, ਇਹ ਮੁੱਦੇ ਹੋਰ ਨੇ। ਜਿਹੜੇ ਬਾਹਰੋਂ ਕਿਰਾਏਦਾਰ ਦਾ ਜ਼ਿਕਰ ਕੀਤਾ, ਮੋਹਾਲੀ ਦੇ ਆਸ ਪਾਸ ਨਾ ਬੜੇ ਪਿੰਡ ਹੈਗੇ ਜਿੱਥੇ ਮਤੇ ਪੈ ਰਹੇ, ਜੰਡਪੁਰਾ 'ਚ ਵੀ ਇੱਕ ਮਤਾ ਪਾਇਆ ਗਿਆ ਅਤੇ ਹੋਰ ਵੀ ਬਹੁਤ ਸਾਰੇ ਪਿੰਡ ਨਿਕਲ ਕੇ ਸਾਹਮਣੇ ਆਏ ਕਿ ਪ੍ਰਵਾਸੀਆਂ ਦੀ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ, ਤੁਹਾਡੇ ਵੀ ਕੁਝ ਇੱਧਰ ਦਾ ਚੱਲ ਰਿਹਾ? ਨਹੀਂ ਇੱਦਾਂ ਨਹੀਂ, ਦੇਖੋ ਅਸੀਂ ਕਿਸੇ ਪ੍ਰਵਾਸੀ ਦੀ ਵੋਟ ਦੇ ਅਗੇਂਸਟ ਨਹੀਂ ਗੇ, ਅਸੀਂ ਕਹਿੰਦੇ ਹਾਂ ਉਹਦੀ ਪ੍ਰੋਪਰ ਆਈਡੈਂਟੀ ਹੋਵੇ, ਉਹ ਕਿੱਥੋਂ ਆਇਆ, ਉਹ ਕੀ ਕੰਮ ਕਰਦਾ, ਉਹ ਚੀਜ਼ ਅਸੀਂ ਸਿਕਿਉਰਿਟੀ ਪਰਪਸ ਲਈ ਕਹਿੰਦੇ ਹਾਂ, ਅਸੀਂ ਕਿਸੇ ਦੇ ਵੀ ਖਿਲਾਫ ਨਹੀਂ। ਅਸੀਂ ਤਾਂ ਜਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਹਾਂ ਉਹ ਸੈਕੂਲਰ ਪਾਰਟੀ ਆ, ਹਰ ਬੰਦੇ ਦਾ ਸਾਡੀ ਪਾਰਟੀ ਦੇ ਵਿੱਚ ਸਰਕਾਰ ਆ, ਅਸੀਂ ਸਿਕਿਉਰਿਟੀ ਰੀਜ਼ਨ ਕਰਕੇ। ਤੁਹਾਨੂੰ ਪਤਾ ਕਿੰਨੀਆਂ ਵਾਰਦਾਤਾਂ ਆਉਂਦੀਆਂ, ਕੀ ਕੁਛ ਹੁੰਦਾ, ਆਪਾਂ ਕਹਿ ਦਿੰਦੇ ਹਾਂ ਉਹ ਕਰਕੇ ਭੱਜ ਗਿਆ, ਲੱਭਿਆ ਨਹੀਂ ਗਾ। ਇਸ ਗੱਲ ਕਰਕੇ ਮੈਂ ਕਹਿੰਦਾ ਵੀ ਹਰ ਆਈਡੈਂਟੀ ਇੱਕ ਡਾਇਰੈਕਟਰੀ ਹੋਵੇ ਪਿੰਡ ਦੀ, ਜਿਹਦੇ ਵਿੱਚ ਹਰ ਬੰਦੇ ਦਾ ਨਾਮ ਹੋਵੇ, ਕੌਣ ਆ, ਕਿਹਨਾਂ ਦਾ ਕੀ ਆ, ਸਿਕਿਉਰਿਟੀ ਪਰਪਸ ਦੀ ਗੱਲ ਕਰਦੇ ਹਾਂ। ਅੱਛਾ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅੰਮ੍ਰਿਤਪਾਲ ਸਿੰਘ। ਅੰਮ੍ਰਿਤ ਜੀ, ਨੌਜਵਾਨ ਹੋ, ਸਰਪੰਚੀ ਨੂੰ ਸਮਝਦੇ ਹੋ, ਜੋ ਮਾਹੌਲ ਪੰਜਾਬ 'ਚ ਚੱਲ ਰਿਹਾ ਸਰਪੰਚੀ ਨੂੰ ਲੈ ਕੇ, ਕੀ ਲੱਗਦਾ ਕਿ ਸਹੀ ਦਿਸ਼ਾ ਵੱਲ ਜਾ ਰਿਹਾ? ਨਹੀਂ ਇਹ ਚਲੋ ਅੱਗੇ ਕਦੇ ਇਹ ਚੀਜ਼ ਨਹੀਂ ਸੀ ਹੋਈ ਜਿਹੜੇ ਹੁਣ ਧੱਕੇ ਹੋ ਰਹੇ ਨੇ। ਹੁਣ ਆ ਪਿੱਛੇ ਜੇ ਸੁਣਿਆ ਵੀ ਅੱਗੇ ਦੜਵਾ ਦੇ ਵਿੱਚ 29 ਪੰਚਾਇਤਾਂ ਰੱਦ ਹੋ ਗਈਆਂ, ਉਹ ਚੀਜ਼ ਨੂੰ ਵੀ ਲੈ ਕੇ ਵੀ ਇਹ ਚੀਜ਼ ਆ ਵੀ ਚਲੋ ਲੜਨ ਲਈ ਬਣੀਆਂ ਨੇ, ਜੋ ਵੀ ਆ ਇਹ ਇੱਕ ਹੁੰਦਾ ਵੀ ਲੋਕਤੰਤਰ ਆ, ਵੋਟਾਂ ਪਾਓ, ਜਿਹਨੂੰ ਪੈਂਦੀਆਂ ਨੇ ਕਾਮਯਾਬ ਹੋਵੇ, ਆਪਾਂ ਤਾਂ ਕਹਿੰਦੇ ਹਾਂ ਚਲੋ ਸਾਰੇ ਹੋਣ, ਪਰ ਇਹ ਚੀਜ਼ਾਂ ਨੇ ਜਿਹੜੀਆਂ ਧੱਕੇ ਵਾਲੀ ਗੱਲ ਆ, ਇਹ ਚਲੋ ਇਹ ਨਹੀਂ ਸਹੀ ਹੈਗੀ ਸਰਕਾਰ ਦੀ, ਧੱਕਾ ਨਹੀਂ ਹੋਣਾ ਚਾਹੀਦਾ, ਜੋ ਵੀ ਆ ਲੋਕਤੰਤਰ ਆ, ਵੋਟਾਂ ਪੈਣ, ਜਿਹੜਾ ਬਣੇ ਬਹੁਤ ਵਧੀਆ ਗੱਲ ਆ। ਸਾਡੇ ਪਿੰਡ 'ਚ ਕਿਹੜੀ ਕਿਹੜੀ ਜ਼ਰੂਰਤਾਂ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਇਹ ਪਿੰਡ ਦੇ ਵਿੱਚ ਜ਼ਰੂਰਤਾਂ ਇੰਨੇ ਸਮੇਂ ਤੋਂ ਨਹੀਂ ਹੋਇਆ? ਸਾਡੇ ਪਿੰਡ ਵਿੱਚ
यही है जी जिहड़ा हुण बाई जी ने दस्या वा भी लाइटां हो गई होर हो गए काफ़ी मुद्दे ने जिहड़े बैठ के गंभीर उहदे नाल की जाने जा सकते हैं। सरकार कहती सर्वसम्मति होनी चाहिए है तो सोचा नहीं सर्वसम्मति वाल वधे जाए पिंड वधे सर्वसम्मति वाल आए हैं भी जिहड़ा मतलब विकास करता बंदा कोई भी आ चाहे सरकार किसी की हो जिहड़ा मतलब लोगों ने नाल मतलब करता उहदी चाहिए है जरूरी सर्वसम्मति होनी चाहिए कि नहीं होनी चाहिए ਵੀਰੇ ਸਰਬਸੰਮਤੀ ਹੋ ਤਾਂ ਜਾਵੇ ਪਰ ਨਹੀਂ ਹੋਣ ਦਿੰਦੇ ਲੋਕੀ ਠੀਕ ਹੈ ਨਾ ਵੀ ਜਿਵੇਂ ਹੁਣ ਕਰਨੀ ਤਾਂ ਪਿੰਡਾਂ ਦੇ ਲੋਕਾਂ ਨੇ ਨਾ ਕਰਨੀ ਤਾਂ ਪਿੰਡਾਂ ਦੇ ਲੋਕਾਂ ਨੇ ਜਿਵੇਂ ਹੁਣ ਕਿ ਦਵਿੰਦਰ ਵੀਰਾ ਪਹਿਲਾਂ ਤੋਂ ਖੜਦਾ ਆਇਆ ਠੀਕ ਹੈ ਨਾ ਜਿਹੜੇ ਨਾਲ ਸੀ ਉਹੀ ਵੀ ਪਿੱਛੇ ਹਟੇ ਤੋਂ ਵੀ ਇਹ ਇਮਾਨਦਾਰ ਬੰਦਾ ਵੀ ਇਹਨੂੰ ਹੁਣ ਅਸੀਂ ਇਹਨੂੰ ਹੀ ਕਹਿੰਦੇ ਹਾਂ ਵੀ ਇਹੀ ਕਰੇ ਸਰਬਸੰਮਤੀ ਨੂੰ ਲੈ ਕੇ ਬੜੀ ਚਰਚਾ ਭਗਵੰਤ ਮਾਨ ਕਹਿ ਰਿਹਾ ਕਿ ਸਰਬਸੰਮਤੀਆਂ ਹੁਣ ਪੈਸੇ ਦੇਵਾਂਗੇ ਅਸੀਂ ਪਿੰਡਾਂ ਦਾ ਵਿਕਾਸ ਕਰਾਂਗੇ ਉਹ ਕਹਿੰਦੇ ਪਾਰਟੀਬਾਜ਼ੀ ਤੋਂ ਦੂਰ ਹੋਣਾ ਚਾਹੀਦਾ ਕੀ ਲੱਗਦਾ ਤੁਹਾਨੂੰ देखो गल्लां कोई भी माड़ियां नहीं करता सारे वधिया वधिया गल्लां करदियां आपां देखणा कम किहड़ा वधिया करदा कम ते फर्क पैणा हुण कह देणा भी सर्वसम्मति नाल हो जाओ जे कैंडीडेट इहो जिहा होऊगा जिहड़ा हरमन नूं प्यारा होऊगा तां ही सर्वसम्मति हो सकदी है ते पोलीटिकल फैक्टर ना होवे हुण जे हरेक पार्टी कहू भी साडा बणे फिर उत्थे सर्वसम्मति किवें हो सकदी है सर्वसम्मति किसी भी तरीके माड़ी नहीं गी पर होनी इन्नी संभव नहीं गी जो मौजूदा दे हालात ने। अच्छा पार्टियां इत्थे आके प्रचार करदी है पिंडा च लीडर आउंदे प्रचार करन वास्ते देखो आही दिन ने जदों लीडर आउंदे ने इहदे विच जरूर आउंदे ने ते हरेक लीडर यही दसदा वी मेरे आह चंगे चंगे गुण ने माड़े गुण कोई नहीं दसदा कि लीडरां नूं जां पोलीटिकल पार्टी दे लीडरां नूं पिंडा च इस तरीके नाल आउणा चाहीदा है देखो आही एक टाइम आ जदों लोग उन्होंने नेड़े हो के देख सकते हैं तो सुन सकते हैं जो हुण भी नहीं आउणगे तो फिर तो उन्होंने की फायदा उन्होंने आना बहुत जरूरी है आन लोगों को समझाउण लोग समझण विचारन तो फिर देखो अपना देश सदियों तो गुलाम रहा वा एक अशोका छड के ते गुप्ता पीरियड नूं छड के गुलाम ही रहे हैं एक बारी तो गुलामों के भी गुलाम रहे हैं हुण सानूं आजादी मिली आजादी च की मिलिया वा वोट देने का हक हुण जे असीं वोट की सही वरतों नहीं करोंगे तो फिर की होया हुण आपां डेमोक्रेसी कह रहे हैं पिछली बार वोट दिती की पिंड दे विच कुछ बदलिया पिछली बार वोट दिती पिछले पांच साल देखो पिंड दे विच हर रोज़ बदलता वो साल पांच तो बहुत ज़्यादा ने पर यह पिंड एक बहुत आदर्श पिंड आ पंजाब च इहदे बराबर का कोई पिंड नहीं होना जिन्नियां पिंड नूं सहूलतां होणियां चाहीदियां उह सारियां तां हैगियां ने बच्चों के स्कूल पंजाबी मीडियम का भी इंग्लिश मीडियम का भी कॉलेज भी इत्थे आ नहर टप्पण तो पहले पहले सारे अफसर इस वेले 80 अफसर ने इस पिंड के होर कोई पिंड लिया पंजाब केड़ा जी 80 अफसर हो 80 अफसर आ सारी सहूलत है फिर तुम कि सहूलत दोगे सरपंच बन के हम नवी सहूलत एक बार देने जिम्मेवारियां खत्म नहीं हो जाए उस सहूलत पर पहरा देना पैंता उस सहूलतों मेनटेन करके रखना पैंदा जे थोड़े घर बिजली का बल्ब ला के किरां सारी जिंदगी लंघ जाए तो हर बंदा इत्थे सौखा उन्हें देखना पैंदा इन्हूं सप्लाई सही मिलती आ इहदी किन्नी लाइफ आ उन्हूं अपग्रेड करना पैंदा सहूलतों नूं इस करके किरां सहूलतों दे के खेड़ा छड़ा के किते कोई जा नहीं सकता रोज़ अपनियां चीज़ां ते निगाह रखनी पैंदी आ वी इह सही ने अच्छा हुण ना वकार दा सवाल बन रहा सरपंची किते 35 लख दी किते 2 करोड़ दी बोलियां जा रही हैं लगता है पिंडा च इन्ना पैसा लाना चाहिए इन्हां चीज़ां उपर नहीं देखो ये लोकतंत्र का घाण इहदे पिछे सरकार का हाथ आ ये जिहड़े लोग कहिंदे सी असी आम आदमी पार्टी हाँ असी तो गड्डी च नहीं बैठांगे असी साइकिल ते जाया करांगे MLA बन तो असी सिक्योरिटी नहीं लवांगे हुण ये 35-35 लख वाले सरपंच इहनां कोल कित्थों आ गए कित्थों इन्हां ने तो 2 सालां च की कुछ खा गए पंजाब का 35 लख रुपया आया कित्थों मैं तो कहिंदा विजिलेंस जांच कराओ जिहड़ा बंदा कहिंदा मैं 2 करोड़ दे दूंगा मतलब मैं इन्ना दे दूंगा कित्थों आया 2 करोड़ रुपया वह दसे नाले सरपंच जी 2 करोड़ रुपया दे के उन्हें फिर पिंड नूं बेचना ही है किन्ने पैसे आपां की सरपंची इलैक्शन लड़ी जाती है तुसीं की समझदे हो असीं तां बई जी नाल बंदे तुरे फिरदे ने बेचारे आपदे घरों रोटी खा के आ जांदे आ मेरे नाल गेड़ा दे के चले जांदे आ 5 रुपये भी तुसीं दसो कोई बोर्ड नहीं कोई निक्के निक्के पोस्टर छपाए आ ब्लैक एंड वाइट जे असीं तां आम आदमी वाली इलैक्शन लड़दे आ जिवें आम आदमी नूं लड़नी चाहीदी आ कहिंदे असीं आम आदमी आ वो भाई जी तुसी जाके तो देखो बड़ियां बड़ियां गड्डियां एडिया एडिया गड्डियां मैनू लगता पिंड च है ही नहीं कि कुछ एडिया वो ले फिरदे ऊँ कहते असी आम आदमी पार्टी है
ਇਹ ਦੇਖੋ ਤੁਹਾਨੂੰ ਦੇਖ ਕੇ ਜਾ ਕੇ ਪਤਾ ਲੱਗੂਗਾ ਕੌਣ ਆਮ ਆ ਤੇ ਕੌਣ ਖਾਸ ਹੋ ਗਿਆ। ਕੀ ਲੱਗ ਰਿਹਾ ਤੁਹਾਨੂੰ ਪਿੰਡ ਦਾ ਮਾਹੌਲ ਇਸ ਤਰੀਕੇ ਨਾਲ ਚੋਣਾਂ ਦੇ ਵਿੱਚ ਪ੍ਰਚਾਰ ਇੱਕ ਦੂਜੇ ਉੱਪਰ ਦੂਸ਼ਣਬਾਜ਼ੀ ਸਹੀ ਹੈ? ਨਹੀਂ, ਦੂਸ਼ਣਬਾਜ਼ੀ ਤਾਂ ਹੋਣੀ ਨਹੀਂ ਚਾਹੀਦੀ। ਇਹ ਚੀਜ਼ਾਂ ਪਾਰਟੀ ਪਹਿਲੀ ਵਾਰੀ ਪਾਰਟੀ ਆਈ ਹੈ, ਪਾਰਟੀ ਨੇ ਇੱਕ ਕ੍ਰੀਏਟ ਕਰਤਾ। ਪਿਛਲੀ ਵਾਰੀ ਇਲੈਕਸ਼ਨ ਆਈ ਸੀ, ਪਿਛਲੀ ਵਾਰੀ ਇਲੈਕਸ਼ਨ ਦੇ ਵਿੱਚ ਦੂਸਰੇ ਕੈਂਡੀਡੇਟ ਦੇ ਉੱਤੇ ਕਾਂਗਰਸ ਸਰਕਾਰ ਦਾ ਹੱਥ ਸੀ, ਬਾਈ ਜੀ ਵੀ ਉਹਨੇ ਕਾਂਗਰਸ ਵੱਲੋਂ ਸੀਗੇ, ਪਰ MLA MP ਉਹਨਾਂ ਨਾਲ ਸੀਗੇ। ਇਲੈਕਸ਼ਨ ਹੋਈ ਪੂਰੀ ਵਧੀਆ ਤਰੀਕੇ ਨਾਲ ਹੋਈ, ਕਿਸੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਧਮਕਾਇਆ ਨਹੀਂ ਗਿਆ, ਕੁਛ ਕੀਤਾ ਨਹੀਂ ਗਿਆ। ਇਸ ਵਾਰ ਇਹ ਧੱਕਾ ਕਰ ਰਹੇ ਆ। ਆਮ ਆਦਮੀ ਪਾਰਟੀ ਨੇ, ਭਗਵੰਤ ਮਾਨ ਨੇ ਸਾਫ਼ ਹਦਾਇਤਾਂ ਦਿੱਤੀਆਂ ਵੀ ਤੁਸੀਂ ਜਿਵੇਂ ਮਰਜ਼ੀ ਸਰਪੰਚ ਚੁਣ ਕੇ ਲਿਆ। ਧੱਕਾ ਕਿਸ ਤਰ੍ਹਾਂ ਦਾ ਕਰ ਰਹੇ ਆ? ਧੱਕਾ ਹਰ ਤਰ੍ਹਾਂ ਦਾ ਕਰਦੇ, ਬੰਦੇ ਨੂੰ ਬਿਠਾਉਣ ਦਾ, ਜਿੱਥੋਂ ਤੱਕ ਵੀ ਕੀਤਾ ਜਾਵੇ ਠਾਣਿਆਂ ਤੱਕ ਬੁਲਾਇਆ ਜਾਂਦਾ। ਦੂਜੀਆਂ ਸਰਕਾਰਾਂ 'ਚ ਵੀ ਹੁੰਦਾ ਆ, ਸਭ ਕੁਛ ਹੋਇਆ। ਉਹ ਇੱਕ ਅੱਧੀ ਸੀਟ 'ਤੇ ਹੋ ਜਾਂਦਾ ਜੇ ਕਿਤੇ ਹੁੰਦਾ ਵਾ ਪੂਰੇ, ਜਿਵੇਂ ਮੰਨ ਲਓ ਹੁਣ ਸਾਡੇ ਪਿੰਡ ਦੀਆਂ 153 ਸੀਟਾਂ ਨੇ ਸਰਪੰਚੀ ਦੀਆਂ, ਇੱਕ ਅੱਧੀ 'ਤੇ ਹੋ ਜਾਂਦਾ, ਦੋ 'ਤੇ ਹੋ ਜਾਂਦਾ, ਇਹਨਾਂ ਨੇ ਤਾਂ ਸਾਰੀਆਂ 'ਤੇ ਕਰਤਾ। ਹੁਣ ਹਾਈ ਕੋਰਟ ਨੇ ਦੁਬਾਰਾ ਇਲੈਕਸ਼ਨ ਕਰਵਾਉਣ ਦੇ, ਕੱਲ੍ਹ 200 ਕੁਛ ਸੀਗੀਆਂ, ਅੱਜ 163 ਸੀ, ਮੈਨੂੰ ਲੱਗਦਾ ਕੱਲ੍ਹ ਨੂੰ ਫਿਰ 100 ਜਾਂ ਉਦੋਂ ਵੱਧ ਦੁਬਾਰਾ ਸਰਪੰਚੀਆਂ ਹੋਣਗੀਆਂ। ਉਹਨਾਂ ਨੂੰ ਟਾਈਮ ਵੀ ਲੱਗ ਦਿੱਤਾ ਜਾਊਗਾ, ਕਿਸੇ ਨੂੰ NOC ਨਹੀਂ ਮਿਲੇ, ਤੋ ਭਰੇ ਪਏ ਨੇ ਫੇਸਬੁੱਕ ਟਵਿੱਟਰ ਭਰੇ ਪਏ ਨੇ, ਹਰੇਕ 'ਤੇ ਰੌਲਾ ਪਾ ਰਿਹਾ। ਕੋਈ ਕਹਿੰਦਾ ਅਸੀਂ ਆਮ ਆਦਮੀ ਪਾਰਟੀ ਦੇ ਬੰਦੇ ਸੀ, ਮੌਕੇ 'ਤੇ ਕੋਈ ਹੋਰ ਆ ਗਿਆ, ਨੇੜੇ ਲੱਗ ਗਿਆ, ਹਰ ਸਿਸਟਮ ਦੇ ਨਾਲ ਚੱਲਦਾ ਵਾ। ਯਾਨੀ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦਾ। ਇਲੈਕਸ਼ਨ ਤਾਂ 15 ਤਰੀਕ ਨੂੰ ਮੌਕੇ ਜਾਣੀ ਆ, ਉਦੋਂ ਬਾਅਦ ਸਾਰਿਆਂ ਨੇ ਇੱਕ ਦੂਜੇ ਦੇ ਮੱਥੇ ਲੱਗਣੇ ਅਤੇ ਦੁਸ਼ਮਣੀ ਪੈ ਜਾਣੀ ਆ, ਉਹਦਾ ਕੀ ਫਾਇਦਾ? ਸਰਪੰਚ ਦੀ ਕੀ ਪਾਵਰ ਸਮਝਦੇ ਸਰ? ਸਰਪੰਚ ਕੀ ਕੁਝ ਕਰਵਾ ਸਕਦਾ? ਵਾਅਦੇ ਕੁਝ ਹੋਰ ਕਰ ਦਿੱਤੇ ਜਾਂਦੇ ਹੈਗੇ ਆ ਲੁਭਾਵਣੇ, ਸਰਪੰਚ ਦੀ ਤਾਕਤ ਕੀ ਹੈ? ਦੇਖੋ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤਾਕਤ ਕਿਸੇ ਦੇ ਨੁਕਸਾਨ ਕਰਨ ਲਈ ਚਾਹੀਦੀ ਆ, ਬਿਨਾਂ ਤਾਕਤ ਤੋਂ ਵੀ ਜਿਹਦਾ ਮਰਜ਼ੀ ਭਲਾ ਕਰਦੇ। ਤਾਕਤ ਸਰਪੰਚ ਕੋਲ ਹੁੰਦੀ ਆ ਇੰਨੀ ਕੁ ਵੀ ਉਹਦੇ ਨਾਲ ਸਾਰਾ ਪਿੰਡ ਹੁੰਦਾ, ਉਹ ਬੈਠ ਕੇ ਮਸਲਿਆਂ ਦਾ ਹੱਲ ਕਰ ਸਕਦਾ। ਨਹੀਂ, ਤਾਕਤ ਨਹੀਂ ਚਾਹੀਦੀ ਕਿਸੇ ਦਾ ਭਲਾ ਕਰਨ ਵਾਸਤੇ, ਤਾਕਤ ਤੋਂ ਬਿਨਾਂ ਜਿੰਨਾ ਮਰਜ਼ੀ ਭਲਾ ਕਰੋ। ਸੰਵਿਧਾਨਿਕ ਤੌਰ 'ਤੇ ਪੁੱਛ ਰਿਹਾ ਮੈਂ, ਸੰਵਿਧਾਨਿਕ ਤੌਰ 'ਤੇ ਕਿੰਨੀ ਕੁ ਪਾਵਰ ਹੁੰਦੀ ਸਰਪੰਚ ਕੋਲ? ਸਰਪੰਚ ਕੋਲ ਬਾਈ ਜੀ ਇੰਨੀ ਕੁ ਪਾਵਰ ਹੁੰਦੀ ਆ ਵੀ ਹਰ ਬੰਦੇ ਦਾ ਦੁਖੜਾ ਗਾਹਾਂ ਸਰਕਾਰ ਤੱਕ ਪਹੁੰਚਾ ਸਕਦਾ। ਉਹਦੇ ਕੋਲ ਇੱਕ ਕਾਪੀ ਹੁੰਦੀ ਆ ਜਿੱਥੇ ਮਤਾ ਪਾ ਕੇ ਸਰਕਾਰ ਨੂੰ ਦੱਸਿਆ ਜਾ ਸਕਦਾ। ਇਹਦੇ ਛੱਤ ਹੈ ਨਹੀਂ ਗੀ, ਇਹਦੇ ਘਰੇ ਲੈਟਰਿਨ ਹੈ ਨਹੀਂ ਗੀ, ਇਹਦੇ ਤਾਂ ਵਿਚਾਰੇ ਦੇ ਪੀਣ ਨੂੰ ਪਾਣੀ ਵੀ ਹੈ ਨਹੀਂ ਗਾ, ਇਹਦਾ ਕੁਛ ਕਰੋ। ਅੱਛਾ ਭਾਈ ਸਾਹਿਬ, ਇੱਕ ਗੱਲ ਦੱਸੋ ਮੈਨੂੰ, ਜੇਕਰ ਆਪਾਂ ਕਿਸੇ ਹੋਰ ਪਾਰਟੀ, ਹੁਣ ਭਾਈ ਨੇ ਕਿਹਾ ਕਾਂਗਰਸ ਤੋਂ ਆ ਤਾਂ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਚੁਣ ਕੇ ਕੋਈ ਫਾਇਦਾ ਹੈ ਲੱਗਦਾ? ਦੇਖੋ, ਜਿਹੜੀ ਪੰਚਾਇਤੀ ਚੋਣਾਂ ਨੇ, ਚਲੋ ਸਾਡਾ ਤਾਂ ਵੀਰ ਨਾਲ ਭਾਈਚਾਰਾ, ਵੈਸੇ ਮੈਂ ਪਿੰਡ ਦਾ ਨਹੀਂ ਹੈਗਾ, ਬਾਈ ਦਾ ਦੋਸਤ ਹਾਂ। ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨੇ, ਤਾਂ ਚਲੋ ਹੁਣ ਐਤਕੀ ਪਹਿਲੀ ਵਾਰੀ ਜਾਂ ਦੇਖਿਆ ਜਾਂ ਪਹਿਲਾਂ ਵੀ ਹੋ ਜਾਂਦਾ ਹੁਣ ਸਰਕਾਰਾਂ ਵਿੱਚ ਮਤਲਬ ਇਨਵੋਲਵ ਹੋ ਗਿਆ, ਨਹੀਂ ਤਾਂ ਪਿੰਡ ਦਾ ਜਿਹੜਾ ਕੋਈ ਸਾਂਝੇ ਬੰਦੇ ਖੜ੍ਹ ਜਾਂਦੇ ਨੇ ਇਲੈਕਸ਼ਨ ਦੇ ਵਿੱਚ, ਜਿਹੜਾ ਵਧੀਆ ਕੈਂਡੀਡੇਟ ਹੁੰਦਾ ਉਹ ਜਿੱਤ ਜਾਂਦਾ। ਹੁਣ ਬਾਈ ਹੁਣੀ ਪਿਛਲੀ ਵਾਰ ਵੀ ਖੜ੍ਹੇ ਸੀਗੇ ਅਤੇ ਨਾ ਸਰਪੰਚ ਹੁੰਦੇ ਹੋਏ ਵੀ ਵਧੀਆ ਕੰਮ ਕਰਾਉਂਦੇ ਰਹੇ ਨੇ, ਠੀਕ ਹੈ ਨਾ। ਸਾਡੇ ਨਾਲ ਸਾਰਿਆਂ ਨਾਲ ਭਰਾ ਵਾਂਗੂ ਵਿਚਰਦੇ ਨੇ, ਜਿੱਥੇ ਲੋੜ ਹੁੰਦੀ ਹੈ ਨਾਲ ਖੜ੍ਹਦੇ ਨੇ, ਅਤੇ ਜੇ ਸਰਪੰਚ ਬਣ ਗਏ ਪਿੰਡ ਦੇ ਮਸਲੇ ਪਿੰਡ 'ਚ ਹੀ ਹੱਲ ਕਰ ਦਿਆ ਕਰਨਗੇ, ਘਰੇ ਬਿਠਾ ਕੇ ਹਾਂ ਮਸਲੇ ਹੱਲ ਕਰ ਦੇਣਗੇ। ਭਾਈ ਸਾਹਿਬ, ਮੈਨੂੰ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤੁਸੀਂ ਕਾਂਗਰਸ ਤੋਂ ਸਰਪੰਚ ਬਣ ਜਾਓਗੇ, ਉਸੇ ਸਰਕਾਰ 'ਤੇ ਦੂਸ਼ਣਬਾਜ਼ੀ ਲਾ ਰਹੇ, ਫਿਰ ਤੁਹਾਨੂੰ ਕਿਉਂ ਲੱਗਦਾ ਕਿ ਤੁਹਾਡੇ ਵਾਸਤੇ ਗ੍ਰਾਂਟ ਆਜੂਗੀ? ਸਾਡੇ ਵਾਸਤੇ ਗ੍ਰਾਂਟ ਸਾਡਾ, ਸਾਡੇ ਕੋਲ 6 MP ਰਾਜਾ ਅਮਰਿੰਦਰ ਸਿੰਘ ਬੜਿੰਗ ਸਾਡਾ MP ਆ, ਜਿਹੜਾ ਕਹਿੰਦਾ ਸੈਂਟਰ ਤੋਂ ਇੰਨੇ ਪੈਸੇ ਲਿਆ ਕੇ ਦਊਂਗਾ, ਸਾਨੂੰ ਇਹਨਾਂ ਦੀ ਕੋਈ ਲੋੜ ਨਹੀਂ, ਨਾ ਦੇਣ, ਸਾਡੀ ਇੱਥੇ ਵੀ ਬਣ ਜਾਣੀ ਆ 2 ਸਾਲਾਂ ਨੂੰ, ਸਮਝਦੇ ਹੋ। ਉਹ ਸਾਨੂੰ ਐਡੇ ਐਡੇ ਗੱਫੇ ਲਿਆ ਕੇ ਦਊਗਾ। ਕੱਲ੍ਹ ਮੈਡਮ ਬੜਿੰਗ ਸਾਡੇ ਪਿੰਡ ਆਏ ਸੀ, ਉਹ ਕਹਿੰਦੇ ਤੁਸੀਂ ਆਪਦਾ ਫਰਜ਼ ਨਿਭਾਤਾ ਸਾਨੂੰ ਜਿਤਾ ਕੇ, ਹੁਣ ਸਾਡਾ ਪਿੰਡ ਆ ਤੁਹਾਡੇ ਪਿੰਡ ਨੂੰ ਗੱਫੇ ਦੇਣੇ, ਸਾਨੂੰ ਉਹਨਾਂ 'ਤੇ ਪੂਰਾ ਮਾਣ ਆ ਵੀ ਜੋ ਮੰਗਾਂਗੇ ਮਿਲੂਗਾ। ਠੀਕ ਤਾਂ ਗੱਲ ਤੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਦੇ CM ਸਾਹਿਬ ਪ੍ਰੋਗਰਾਮ ਦੇਖ ਰਹੇ ਸੀ ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਆਏ ਸੀ, ਹਾਲਾਂਕਿ ਦੂਸਰੀ ਪਾਰਟੀ ਦੇ ਨਹੀਂ ਆਏ, ਪਰ ਆਪਣੇ ਦਾਅਵੇ ਠੋਕ ਰਹੇ ਆ। ਕੈਮਰਾ ਪਰਸਨ ਸ਼ਿਵਮ ਦੇ ਨਾਲ ਆਸ਼ੂ ਅਨੇਜਾ, ਲਿਵਿੰਗ ਇੰਡੀਆ ਨਿਊਜ਼, ਗਿੱਲ।